12 ਕਰੋੜ ਵਾਲੇ ਦਾ 3.5 ਕਰੋੜ ਦਾ ਠੇਕੇਦਾਰ ਜੀ ਨੂੰ ਠੇਕਾ ਦਿੱਤਾ ਸੀ, ਉਹ ਦੁਬਾਰਾ NGPC ਦੀ ਐਗਜ਼ੀਕਿਊਟਿਵ ਕੋਲ ਲੈ ਕੇ ਆਇਆ ਤੇ ਉੱਥੇ ਸੈਕਟਰੀ ਸਾਹਿਬ ਨੇ ਕਿਹਾ ਵੀ ਸਾਡੇ ਤਾਂ ਪਹਿਲੇ ਬੜਾ ਰੌਲਾ ਪੈ ਰਿਹਾ, ਕਿਹਦਾ ਕੀ ਕਰੀਏ ਹੁਣ, ਇਹ ਕਿਵੇਂ ਅਸੀਂ ਪਾਸ ਕਰ ਦਿਆਂਗੇ। ਕਹਿੰਦਾ ਨਾ ਕਰੋ ਪਾਸ, ਆਪੀ ਸੁਖਬੀਰ ਆ ਕੇ ਕਰਾ ਕੇ ਲੈ ਜੂ। ਤੋ ਜਿਸ ਦਿਨ ਤਾਂ ਸੁਖਬੀਰ ਸਿੰਘ ਬਾਦਲ ਬਣਿਆ, ਉਹਨੇ ਹਰ ਚੀਜ਼ 'ਤੇ ਇਸ ਤਰ੍ਹਾਂ ਦਾ ਕਬਜ਼ਾ ਕਰ ਲਿਆ ਕਿ ਉਹ ਹਰ ਚੀਜ਼ ਆਪਣੇ ਹੱਥ ਵਿੱਚ, ਚਾਹੇ ਸ਼੍ਰੋਮਣੀ ਕਮੇਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੈ, ਜਸਦਾਰ ਹੈ, ਉਹਨੇ ਇੱਕ ਕਿਸਮ ਦਾ ਆਪਣੇ ਹੱਥ 'ਚ ਕਰ ਲਿਆ ਸਾਰਾ। ਸਾਤੋਂ ਵੀ ਬੜੀਆਂ ਗਲਤੀਆਂ ਹੋਈਆਂ ਹੋਣਗੀਆਂ, ਮੈਂ ਤਾਂ ਨਹੀਂ ਕਹਿੰਦਾ ਬਈ ਅਸੀਂ ਜਿਹੜੀ ਸਪੋਰਟ ਕਰਦੇ ਹਾਂ ਉਹ ਵੀ ਬਹੁਤ ਵੱਡੀ ਗਲਤੀ ਸੀ, ਕਰਦੇ ਰਹੇ। ਅਤੇ ਮੇਰੇ ਘਰ ਆ ਕੇ ਦੋਨੇ ਪੇਪਰ ਵੀ ਬੈਠੇ ਰਹੇ ਕਿ ਦੱਸੋ ਕੀ ਆ, ਅਸੀਂ ਗੱਲ ਨੂੰ ਕਰਨ ਨੂੰ ਤਿਆਰ ਹਾਂ। ਮੈਂ ਕਿਹਾ ਹੁਣ ਮੇਰਾ ਨਿਕਲਣਾ, ਮੇਰਾ ਤੁਰਨਾ ਬਹੁਤ ਔਖਾ ਨਾਲ। ਮੈਂ ਆਪਣੇ ਆਪ ਅਰਦਾਸ ਵਾਹਿਗੁਰੂ ਜੀ ਕੀਤੀ ਕਿ ਜ਼ਿੰਦਗੀ 'ਚ ਬਹੁਤ ਵੱਡੇ ਗੁਨਾਹ ਹੋਏ ਹੋਣਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆ ਕੇ ਅੱਜ ਮੈਂ ਹਰਿਮੰਦਰ ਸਾਹਿਬ ਦੇ ਸਾਹਮਣੇ ਖੜ੍ਹ ਕੇ, ਅਕਾਲ ਤਖਤ ਸਾਹਿਬ 'ਤੇ ਖੜ੍ਹ ਕੇ ਇਹ ਗਲਤੀ ਮਾਫ਼ੀ ਮੰਗੀ। ਮੇਰੀ ਜ਼ਿੰਦਗੀ 'ਚ ਬੜੀਆਂ ਗਲਤੀਆਂ ਹੋਣੀਆਂ ਹੋ ਜਾਣਗੀਆਂ ਅਤੇ ਇਹ ਵੀ ਮੇਥੋਂ ਬੜੀਆਂ ਗਲਤੀਆਂ ਹੋਈਆਂ। ਜਿਹੜਾ ਚਾਰਟਰਡ ਅਕਾਊਂਟੈਂਟ ਹੈ ਕੋਈ 1 ਕਰੋੜ ਰੁਪਈਆ ਸਾਲ ਦਾ ਲੈਂਦਾ ਅਤੇ ਉਹੀ ਚਾਰਟਰਡ ਅਕਾਊਂਟੈਂਟ ਸੁਖਬੀਰ ਦਾ। ਇਸ ਕਿਤਾਬ ਦੇ ਰਚੇਤਾ ਸਾਡੇ ਮਿੱਤਰ ਸ੍ਰੀ ਹਰਚਰਨ ਸਿੰਘ ਜੀ ਔਰ ਇਹਦੀ ਭੂਮਿਕਾ ਲਿਖਣ ਵਾਲੇ ਵਿੱਚ ਡਾਕਟਰ ਬਲਕਾਰ ਸਿੰਘ ਜੀ ਔਰ ਮੇਰੇ ਸਾਹਮਣੇ ਬੈਠੇ ਬਹੁਤ ਹੀ ਪਤਵੰਤੇ ਭੈਣੋ ਅਤੇ ਵੀਰੋ, ਸਭ ਤੋਂ ਪਹਿਲਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਜਦੋਂ ਸਰਦਾਰ ਚਰਨ ਸਿੰਘ ਕਿਤਾਬ ਲਿਖੀ ਤਾਂ ਮੈਨੂੰ ਕਹਿਣ ਲੱਗੇ, ਹੁਣ ਲਿਖ ਕੇ ਹਟਿਆ ਜਦੋਂ, ਵੀ ਤੁਸੀਂ ਜ਼ਰੂਰ ਜਦੋਂ ਰਿਲੀਜ਼ ਹੋਣੀ ਹੈ ਆਉਣਾ, ਇਸ ਕਿਤਾਬ 'ਚ ਕੀ ਲਿਖਿਆ ਅਜੇ ਤੱਕ ਪੜ੍ਹਨਾ ਆਪਾਂ ਸਾਰਿਆਂ ਨੇ ਔਰ ਇਹਨਾਂ ਦੀ ਇੱਕ ਇੰਟਰਵਿਊ ਜ਼ਰੂਰ ਸੁਣੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਇਹਨਾਂ ਨੇ ਆਪਣੇ ਵਿਚਾਰ ਜੋ ਪ੍ਰੈਕਟੀਕਲ ਇਹਨਾਂ ਦੇ ਨਾਲ ਬੀਤੀ ਆ ਉਹ TV 'ਤੇ ਦੱਸੇ ਸੀ। ਉਸ ਤੋਂ ਵੱਧ ਇਹ ਕਿਤਾਬ ਦਾ ਪੜ੍ਹ ਕੇ ਪਤਾ ਲੱਗੇਗਾ ਕਿ ਕੀ ਕੁਛ ਹੋਰ ਲਿਖਿਆ ਹੈ, ਲੇਕਿਨ ਮੈਂ ਇੰਨਾ ਕਹਿ ਸਕਦਾ ਕਿ ਇਹਨਾਂ ਨੇ ਆਪਣਾ ਉੱਥੋਂ ਦਾ ਜਿਹੜੇ ਜਿੰਨੀ ਦੇਰ ਇਹਨਾਂ ਨੇ ਸਰਵਿਸ ਕੀਤੀ ਅਤੇ ਉਹਦਾ ਕੀ ਖਾਮੀਆਂ ਸੀ, ਕੀ ਇਹਨਾਂ 'ਤੇ ਨਜ਼ਰ ਆਇਆ, ਉਹਦੇ ਬਾਰੇ ਜੋ ਇਹਨਾਂ ਨੇ ਮੈਨੂੰ ਦੱਸਿਆ ਉਹਦੇ ਬਾਰੇ ਜ਼ਰੂਰ ਇਹਨਾਂ ਨੇ ਲਿਖਿਆ, ਆਪਾਂ ਪੜ੍ਹ ਕੇ ਕਰਾਂਗੇ। ਲੇਕਿਨ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਬੰਧ ਹੈ, ਉਸ ਬਾਰੇ ਸਾਡੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੱਸਣਗੇ ਅਸਲ ਤਾਂ, ਲੇਕਿਨ ਮੈਂ ਇੰਨਾ ਕਹਿ ਸਕਦਾ ਕਿ ਅਖਬਾਰਾਂ ਰਾਹੀਂ ਤੁਸੀਂ ਜਰਨਲਿਸਟ ਬੈਠੇ ਹੋ ਸਾਰੇ, ਅਖਬਾਰਾਂ ਰਾਹੀਂ TV ਰਾਹੀਂ ਜੋ ਅਸੀਂ ਸੁਣਿਆ ਕਿ ਕੀ ਬੀਤ ਰਿਹਾ ਉਹਦੀ ਮੈਂ ਛੋਟੀ ਜਿਹੀ ਇੱਕ ਮਿਸਾਲ ਦਿੰਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲ ਆਪਾਂ ਸਾਰੀ ਦੁਨੀਆ ਨੇ ਮਨਾਇਆ ਅਤੇ ਸੁਲਤਾਨਪੁਰ ਲੋਧੀ ਸਾਹਿਬ ਕਿਉਂਕਿ ਉੱਥੋਂ ਸ਼ੁਰੂ ਹੋਇਆ ਸੀ, ਉੱਥੇ ਇੱਕ ਬੜਾ ਸਾਰੇ ਚਰਚਾ ਦਾ ਵਿਸ਼ਾ ਸੀ ਕਿ 12 ਕਰੋੜ ਟੈਂਟ 'ਤੇ ਲੱਗਿਆ। ਉਹ ਸਾਰੇ ਕਹਿੰਦੇ ਸੀ 12 ਕਰੋੜ ਤਾਂ ਲੱਗ ਨਹੀਂ ਸਕਦਾ। ਫਿਰ ਉਹ ਮੈਨੂੰ ਕਿਸੇ ਨੇ ਦੱਸਿਆ ਜਿਹੜੀਆਂ ਕਨਫਰਮ ਕਰਨ ਵਾਲੀਆਂ ਗੱਲਾਂ ਹੈ ਕਿ ਜਿਹੜੇ TV 'ਤੇ 8 ਹੁੰਦੇ ਨੇ ਉਹ ਕੀ ਕਹਿੰਦੇ ਉਹਨੂੰ LED, ਉਹ 8 ਲੱਗੇ ਸੀ ਉੱਥੇ। ਉਹ ਕਹਿੰਦੇ ਆ ਵੀ ਜੇ 4 ਲੱਖ ਨਹੀਂ ਤਾਂ 8 ਲੱਖ ਰੁਪਈਆ ਤਾਂ ਉਹ ਆ ਸਕਦੇ ਆ, ਵੱਧ ਤੋਂ ਵੱਧ 1 ਲੱਖ ਰੁਪਈਏ ਦਾ ਇੱਕ ਹੋਏਗਾ, ਲੇਕਿਨ ਉਹਦਾ ਕਿਰਾਇਆ ਕਿੰਨਾ ਦਿੱਤਾ 25 ਲੱਖ ਰੁਪਇਆ ਅਤੇ 12 ਕਰੋੜ ਵਾਲੇ ਦਾ 3.5 ਕਰੋੜ ਦਾ ਉਹ ਠੇਕੇਦਾਰ ਜੀ ਨੂੰ ਠੇਕਾ ਦਿੱਤਾ ਸੀ, ਉਹ ਦੁਬਾਰਾ NGPC ਦੀ ਐਗਜ਼ੀਕਿਊਟਿਵ ਕੋਲ ਲੈ ਕੇ ਆਇਆ ਅਤੇ ਉੱਥੇ ਸੈਕਟਰੀ ਸਾਹਿਬ ਨੇ ਕਿਹਾ ਵੀ ਸਾਡਾ ਤਾਂ ਪਹਿਲੇ ਬੜਾ ਰੌਲਾ ਪੈ ਰਿਹਾ ਹੈ, ਕਿਹਦਾ ਕੀ ਕਰੀਏ ਹੁਣ, ਇਹ ਕਿਵੇਂ ਅਸੀਂ ਪਾਸ ਕਰ ਦਿਆਂਗੇ। ਕਹਿੰਦਾ ਨਾ ਕਰੋ ਪਾਸ, ਆਪੀ ਸੁਖਬੀਰ ਆ ਕੇ ਕਰਾ ਕੇ ਲੈ ਜੂ। ਤੋਂ ਮੇਰਾ ਮਤਲਬ ਜਦੋਂ ਹਰ ਬੰਦਾ ਜਿੱਥੇ ਆਪਾਂ ਇੰਨੀ ਸ਼ਰਧਾ ਨਾਲ ਹਰ ਬੰਦਾ ਜਾ ਕੇ, ਚਾਹੇ ਕੋਈ 5 ਰੁਪਏ ਨਕਮਸਤ ਕਰ ਹੁੰਦਾ ਜਦੋਂ,
ਚਾਹੇ ਸ਼ਰਧਾ ਨਿਰਧਾ, ਕੋਈ 2 ਰੁਪਏ, ਕੋਈ 5 ਰੁਪਏ, ਕੋਈ 100, ਕੋਈ 1000, ਕੋਈ ਕਿੰਨਾ ਵੀ ਕਰਦਾ, ਤੇ ਸ਼ਰਧਾ ਨਾਲ ਜਾਂਦਾ। ਔਰ ਉਹ ਅਗਰ ਪੈਸਾ ਲੁੱਟਿਆ ਜਾਂਦਾ ਰਹੇ ਹੋ ਤਾਂ ਕਿਹੜਾ ਸਿੱਖ ਹੈ ਜਾਂ ਕਿਹੜਾ ਇਨਸਾਨ ਹੈ? ਸਿੱਖ ਨੂੰ ਛੱਡੋ, ਕਿਹੜਾ ਇਨਸਾਨ ਹੈ ਜਿਹੜਾ ਗੁਰੂ ਘਰ ਨੂੰ ਮੰਨਦਾ ਤੇ ਉਹ ਇਹ ਕਹਿੰਦਾ ਵੀ ਇਸ ਤਰ੍ਹਾਂ ਲੁਟਾਇਆ ਜਾ ਰਿਹਾ ਹੋਵੇ? ਫਿਰ ਮੈਨੂੰ ਕਿਸੇ ਨੇ ਦੱਸਿਆ, ਇਹ ਕਨਫਰਮ ਕਰਨ ਵਾਲੀਆਂ ਗੱਲਾਂ, ਕਿ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ ਜਾਂ ਇੱਕ ਅੱਧਾ ਗੁਰੂ ਘਰ ਹੋਰ ਹੋਏਗਾ, ਸਾਰੇ ਘਾਟੇ ਜਾ ਰਹੇ ਨੇ। ਮੈਂ ਕਿਹਾ ਗੁਰੂ ਘਰ ਘਾਟੇ 'ਚ ਤਾਂ ਕਿਸੇ ਜਾਂਦੇ ਨਹੀਂ ਦੇਖੇ। ਉਹ ਕਹਿੰਦੇ ਰਿਕਾਰਡ ਬਣਾ ਕੇ ਦੇਖ ਲਓ, ਹੇਠ ਚਰਨ ਸੂਰਾਂ ਨੇ ਲਿਖਿਆ ਹੋਊ ਜਾਂ ਇਹਨਾਂ ਨੂੰ ਪਤਾ ਹੋਣਾ ਕਿ ਸਾਰੇ ਦੇ ਸਾਰੇ ਘਾਟੇ ਜਾ ਰਹੇ ਨੇ। ਅਤੇ ਇਸ ਕਰਕੇ ਹਰ ਸਿੱਖ ਦਾ, ਹਰ ਗੁਰੂ ਨਾਨਕ ਲੇਵਾ ਦਾ ਇਹ ਮਨ ਜ਼ਰੂਰ ਬਣਦਾ ਯਾਰ ਵੀ ਆਹ ਤਾਂ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਮੈਂ ਛੱਡ ਕੇ ਆਇਆ, ਮੈਨੂੰ ਕਈ ਵਾਰ ਸਾਡੇ ਪ੍ਰੈਸ ਬਹੁਤ ਮੇਰੀਆਂ ਇੰਟਰਵਿਊ ਹੋਈਆਂ, ਕਈ ਪ੍ਰੈਸ ਵਾਲਿਆਂ ਵੀਰਾਂ ਨੇ ਪੁੱਛਿਆ ਮੈਥੋਂ, ਗੱਲ ਵੀ ਉਹਨਾਂ ਦੀ ਠੀਕ ਸੀ ਕਿ ਇੰਨੇ ਸਾਲ ਤੁਸੀਂ ਨਾਲ ਰਹੇ ਅਤੇ ਹੁਣ ਤੁਸੀਂ ਇਹ ਗੱਲਾਂ ਕਰਦੇ ਹੋ। ਮੈਂ ਕਿਹਾ ਬਿਲਕੁਲ ਠੀਕ ਹੈ। ਇੱਕ ਤਾਂ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੇ ਕੋਈ ਕਰਦੇ, ਮੈਂ ਉਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੰਦਾ। ਜੇ ਕੁਛ ਕਰਦੇ ਸੀ ਕੋਈ ਤਰੀਕੇ ਨਾਲ ਜਾਂ ਤੁਹਾਨੂੰ ਕਨਵਿੰਸ ਕਰਾ ਕੇ ਤੁਹਾਨੂੰ ਕਮੇਟੀ 'ਚ ਬੈਠ ਕੇ ਪਾਸ ਕਰਾਉਂਦੇ ਸੀ, ਪਰ ਜਿਸ ਦਿਨ ਦਾ ਸੁਖਬੀਰ ਸਿੰਘ ਬਾਦਲ ਬਣਿਆ ਉਹਨੇ ਹਰ ਚੀਜ਼ 'ਤੇ ਇਸ ਤਰ੍ਹਾਂ ਦਾ ਕਬਜ਼ਾ ਕਰ ਲਿਆ ਕਿ ਉਹ ਹਰ ਚੀਜ਼ ਆਪਣੇ ਹੱਥ ਵਿੱਚ, ਚਾਹੇ ਸ਼੍ਰੋਮਣੀ ਕਮੇਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਜਥੇਦਾਰ ਹੈ, ਉਹਨੇ ਇੱਕ ਕਿਸਮ ਦਾ ਆਪਣੇ ਹੱਥ 'ਚ ਕਰ ਲਿਆ ਸਾਰਾ। ਮੈਂ ਕਿਹਾ ਸਾਤੋਂ ਵੀ ਬੜੀਆਂ ਗਲਤੀਆਂ ਹੋਈਆਂ ਹੋਣਗੀਆਂ। ਮੈਂ ਤਾਂ ਨਹੀਂ ਕਹਿੰਦਾ ਬਈ ਅਸੀਂ ਜਿਹੜੀ ਸਪੋਰਟ ਕਰਦੇ ਹਾਂ ਉਹ ਵੀ ਬਹੁਤ ਵੱਡੀ ਗਲਤੀ ਸੀ, ਕਰਦੇ ਰਹੇ, ਲੇਕਿਨ ਮੈਂ ਇਕੱਲਾ ਆਵਾਜ਼ 28 ਮੇਰੇ ਨਾਲ 2 ਬੰਦਿਆਂ ਨੇ ਸਿਰਫ ਕੋਰ ਕਮੇਟੀ 'ਚ ਸਾਥ ਦਿੱਤਾ, ਬਰਨਪੁਰਾ ਜੀ ਅਤੇ ਸੇਖਵਾ ਨੇ। ਮੈਂ ਕਿਹਾ ਸੀ ਜਦੋਂ ਇਲੈਕਸ਼ਨ ਹਰਿਆ ਵੀ ਤੂੰ ਛੱਡ ਦੇ, ਅਸਤੀਫਾ ਦੇ ਦੇ। ਉਹ ਨਹੀਂ ਮੰਨਿਆ, ਉਹਨੇ ਕਿਹਾ ਜਿਹੜਾ ਜਿਹੜੀ ਅਸੀਂ ਜਿੱਤੇ ਪਹਿਲੀ 5 ਸਾਲ ਜਿਹੜੀ ਬਣੀ ਉਹਦੇ 'ਚ ਤਾਂ ਮੈਂ ਬਹੁਤ ਚੰਗਾ ਸੀ, ਲੇਕਿਨ ਮੈਂ ਹੁਣ ਬੜਾ ਮਾੜਾ ਹੋ ਗਿਆ। ਮੈਂ ਕਿਹਾ ਕੁਦਰਤੀ ਹੈ, ਜੇ ਜਿੱਤਦਾ ਤਾਂ ਵੀ ਪ੍ਰਧਾਨ ਨੂੰ ਕ੍ਰੈਡਿਟ ਮਿਲਦਾ, ਜੇ ਹਾਰਦਾ ਡਿਸਕ੍ਰੈਡਿਟ ਵੀ ਪ੍ਰਧਾਨ ਨੂੰ ਮਿਲਦਾ। ਇਹਦੇ ਦੁਨੀਆਂ 'ਤੇ ਸਾਰੀ ਕਰਦੇ ਹੈ, ਲੇਕਿਨ ਉਹ ਗੁੱਸਾ ਮੰਨਿਆ ਉਹ ਨਹੀਂ ਹੈ। ਅਤੇ ਮੈਂ ਬਾਦ ਵਿੱਚ ਫਿਰਿਆ ਅਤੇ ਮੈਂ ਬਾਲ ਸਾਹਿਬ ਨੂੰ ਕਿਹਾ, ਮੈਂ ਕਿਹਾ ਮੇਰਾ ਹੁਣ ਨਿਕਲਣਾ, ਨਾਲ ਤੁਰਨਾ ਬਹੁਤ ਔਖਾ ਹੈ, ਤੁਸੀਂ ਕਦੇ ਬਾਲ ਸਾਹਿਬ ਨੂੰ ਪੁੱਛ ਲਿਓ, ਸੁਖਬੀਰ ਉਹਨਾਂ ਨੂੰ ਪੁੱਛ ਲਿਓ ਕਿ ਮੇਰੇ ਘਰ ਆ ਕੇ ਦੋਨੇ ਪੇਬਤ ਵੀ ਬੈਠੇ ਰਹੇ ਕਿ ਦੱਸੋ ਕੀ ਆ, ਅਸੀਂ ਗੱਲ ਨੂੰ ਕਰਨ ਨੂੰ ਤਿਆਰ ਹਾਂ। ਮੈਂ ਕਿਹਾ ਹੁਣ ਮੇਰਾ ਨਿਕਲਣਾ, ਮੇਰਾ ਤੁਰਨਾ ਬਹੁਤ ਔਖਾ ਨਾਲ ਨੂੰ। ਫਿਰ ਮੇਰੇ ਜਦੋਂ ਛੱਡਣ ਤੋਂ ਪਹਿਲਾਂ ਮੈਂ ਇਹ ਵੀ ਰਿਕਾਰਡ ਕਰਾਉਣਾ ਚਾਹੁੰਦਾ, ਮੈਂ ਬਾਲ ਸਾਹਿਬ ਕੋਲ ਪਿੰਡ ਗਿਆ, ਇੱਕ ਪਾਸੇ ਬਹਿਬਲ ਕਲਾਂ ਵਾਲੇ ਧਰਨਾ ਮਾਰੀ ਬੈਠੇ ਸੀ, ਦੂਸਰੇ ਪਾਸੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਕੋਟਕਪੂਰੇ ਵਿੱਚ ਆਪਣੀ ਕਾਨਫਰੰਸ ਰੱਖ ਲਈ। ਮੈਂ ਬਾਲ ਸਾਹਿਬ ਨੂੰ ਜਾ ਕੇ ਕਿਹਾ, ਮੈਂ ਕਿਹਾ ਬਾਲ ਸਾਹਿਬ ਉਹਨੂੰ ਕੋਟਕਪੂਰੇ ਲਈ ਕੈਂਸਲ ਕਰ ਦਿਓ, ਕਿਸੇ ਹੋਰ ਜ਼ਿਲ੍ਹੇ 'ਚ ਕਰ ਲਓ, ਕੋਈ ਜ਼ਰੂਰੀ ਹੈ ਕਿ ਉਹਨਾਂ ਦੇ ਐਂ ਲੱਗੇ ਵੀ ਉਹਨਾਂ ਦੇ ਉੱਪਰ ਚੜ੍ਹ ਕੇ ਜਾ ਰਹੇ ਹਾਂ ਆਪਾਂ। ਹਾਲਾਂਕਿ ਮਕਸਦ ਅਸੀਂ ਵੀ ਇਹੀ ਕਹਿ ਰਹੇ ਹਾਂ, ਵੀ ਪਾਰਟੀ ਵੀ ਸਾਡੀ ਇਹੀ ਕਹਿ ਰਹੀ ਹੈ ਕਿ ਲੱਭੋ ਕੌਣ ਹੈ ਅਤੇ ਉਹਨੂੰ ਸਜ਼ਾ ਮਿਲੇ, ਅਤੇ ਉਹ ਵੀ ਇਹੀ ਮੰਗਦੇ, ਉਹਨਾਂ ਦੀ ਕੋਈ ਹੋਰ ਮੰਗ ਤਾਂ ਹੈ ਨਹੀਂ। ਮੈਨੂੰ ਕਹਿੰਦੇ ਤੁਸੀਂ ਫਿਰ ਅਬੋਹਰ ਨਹੀਂ ਆਏ, ਐਡਾ ਵੱਡਾ ਇਕੱਠ ਸੀ ਅਬੋਹਰ ਕਿ ਲੋਕਾਂ 'ਚ ਇੰਨਾ ਉਤਸ਼ਾਹ ਸੀ। ਮੈਂ ਕਿਹਾ ਬਾਲ ਸਾਹਿਬ ਇਕੱਠ ਤਾਂ ਬਹੁਤ ਹੁੰਦੇ ਰਹੇ ਨੇ, ਸਾਡੀਆਂ ਇਲੈਕਸ਼ਨਾਂ 'ਚ ਵੀ ਹੁੰਦੇ ਰਹੇ ਨੇ, ਪਰ ਬੁਰੀ ਤਰ੍ਹਾਂ ਹਰੇ। ਮੈਂ ਕਿਹਾ 20-20 ਹਜ਼ਾਰ ਦੇ ਇਕੱਠ ਹੁੰਦੇ ਰਹੇ ਅਸੈਂਬਲੀ ਦੇ ਇੱਕ ਇੱਕ ਕੰਸਟੀਚੁਐਂਸੀ, ਲੇਕਿਨ ਹਰੇ 35-35-30 ਹਜ਼ਾਰ ਤੇ ਇਕੱਠ ਨੂੰ ਕੀ ਕਰਾਂਗੇ? ਕਹਿੰਦੇ ਨਹੀਂ ਉਹ ਤਾਂ ਹੋਊਗੀ। ਮੈਂ ਚੰਗਾ ਜੀ ਮੈਂ ਆ ਗਿਆ, ਅਤੇ ਮੈਂ ਆ ਕੇ ਆਪਦੇ ਅਹੁਦਿਆਂ ਤੋਂ 30-34 ਦਿਨ ਆਪਦੇ ਅਹੁਦਿਆਂ ਤੋਂ ਰਿਜ਼ਾਈਨ ਕਰਤਾ, ਅਤੇ ਉਦੋਂ ਬਾਅਦ ਆਏ ਮੇਰੇ ਕੋਲ ਜਿਹੜੀ ਮੈਂ ਤੁਹਾਨੂੰ ਵਿਜ਼ਿਟ ਕੀਤਾ। ਫਿਰ ਮੈਂ ਅਹੁਦੇ ਛੱਡ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਮੈਂ ਆਪ ਹਾਜ਼ਰ ਹੋਇਆ। ਉੱਥੇ ਸਿੰਘ ਸਾਹਿਬ ਹੈ ਨਹੀਂ ਸੀ ਉਸ ਦਿਨ, ਵੈਸੇ ਵੀ ਸਿੰਘ ਸਾਹਿਬ ਨੇ ਮੇਰੀ ਗੱਲ ਤਾਂ ਕੋਈ, ਮੇਰੀ ਅਰਦਾਸ ਤਾਂ ਕੋਈ ਕਰਨੀ ਨਹੀਂ ਸੀ। ਮੈਂ ਆਪਣੇ ਆਪ ਅਰਦਾਸ ਵਾਹਿਗੁਰੂ ਅੱਗੇ ਕੀਤੀ ਕਿ ਜ਼ਿੰਦਗੀ 'ਚ ਬਹੁਤ ਵੱਡੇ ਗੁਨਾਹ ਹੋਏ ਹੋਣਗੇ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਅੱਜ ਮੈਂ ਹਰਿਮੰਦਰ ਸਾਹਿਬ ਦੇ ਸਾਹਮਣੇ ਖੜ੍ਹ ਕੇ ਅਕਾਲ ਤਖ਼ਤ ਸਾਹਿਬ 'ਤੇ
ਖੜ ਕੇ ਇਹ ਗਲਤੀ ਮਾਫ਼ੀ ਮੰਗੀ। ਮੇਰੀ ਜ਼ਿੰਦਗੀ 'ਚ ਬੜੀਆਂ ਗਲਤੀਆਂ ਹੋਣੀਆਂ ਹੋ ਜਾਣਗੀਆਂ ਅਤੇ ਇਹ ਵੀ ਮੇਰੇ ਬੜੀਆਂ ਗਲਤੀਆਂ ਹੋਈਆਂ ਨੇ, ਅਤੇ ਇਸ ਕਰਕੇ ਮੈਂ ਸ਼ਮਾ ਮੰਗਣ ਆਇਆ, ਮੈਂ ਮਾਫ਼ੀ ਮੰਗਣ ਆਇਆ। ਮੈਂ ਉਦੋਂ ਅਰਦਾਸ ਕਰਕੇ ਉੱਥੋਂ ਆਇਆ, ਤੁਸੀਂ ਪੜ੍ਹਿਆ ਵੀ ਹੋਣਾ, ਪੇਪਰਾਂ ਨੂੰ ਵੀ ਲਿਖਿਆ। ਅਤੇ ਇਸ ਕਰਕੇ ਇਹ ਨਹੀਂ ਹੈ, ਇਹ ਤੋਂ ਬਿਨਾਂ ਜਦੋਂ ਮੈਂ ਇੱਕ ਕਿਸਮ ਦੀ ਮੈਂ ਰਿਟਾਇਰਮੈਂਟ ਲੈ ਕੇ ਘਰ ਬਹਿ ਗਿਆ ਸੀ, ਜਦੋਂ ਆਹ ਕੁਛ ਦੇਖਿਆ ਕਿ ਇੰਨਾ ਕੁਛ ਹੋ ਰਿਹਾ। ਜੇ ਅਸੀਂ ਹੁਣ ਪਤਾ ਨਹੀਂ ਸਾਲ ਦੋ ਸਾਲ ਜ਼ਿੰਦਗੀ ਹੈ ਅਤੇ ਲੋਕ ਕੀ ਕਹਿਣਗੇ, ਵੀ ਕੋਈ ਵੀ ਬੰਦਾ ਕੋਈ ਗੱਲ ਕਰਨ ਵਾਲਾ ਵੀ ਨਹੀਂ ਹੈ ਸੀ, ਕੋਈ ਪੁੱਛਣ ਵਾਲਾ ਵੀ ਨਹੀਂ ਸੀ ਅਕਾਲੀ ਦਲ ਚੋਂ, ਕਿ ਇਸ ਤਰ੍ਹਾਂ ਸਾਡੀ ਪਾਰਟੀ ਜੋ ਇੰਨੀ ਕੁਰਬਾਨੀਆਂ ਤੋਂ ਬਾਅਦ ਬਣੀ ਜਾਂ ਸ਼੍ਰੋਮਣੀ ਕਮੇਟੀ ਜਿਹੜੀ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਨਿਕਲੀ, ਕਿਸੇ ਵੀ ਨੇ ਵੀ ਆਵਾਜ਼ ਨਹੀਂ ਉਠਾਈ ਇੰਨਾ ਕੁਛ ਲੁੱਟੀ ਜਾ ਰਹੀ ਹੋਵੇ, ਅਤੇ ਮਨ ਕੀਤਾ ਵੀ ਚਲੋ ਆਵਾਜ਼ ਉਠਾਈਏ, ਉਠਾ ਕੇ ਆਵਾਜ਼ ਨੂੰ ਲੋਕਾਂ ਨੇ ਕੁਛ ਸਾਥ ਵੀ ਦਿੱਤਾ, ਅੱਗੇ ਵੀ ਸਾਥ ਦੇਣ। ਅਤੇ ਉਹਦੀ ਵੀ ਅਪੀਲ ਮੇਰੀ ਹੈ ਕਿ ਕੋਈ ਅਸੀਂ ਸੱਚਾਈ 'ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਸੱਚਾਈ 'ਤੇ ਲੜਨ ਦੀ, ਕਿ SGPC ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਔਰ ਜਿਹੜਾ SGPC ਦੀ ਇਲੈਕਸ਼ਨ ਲੜੇ, ਮੈਂ ਕਿਹਾ ਸੀ ਸਾਡੇ ਜਿਹੜੇ ਸਾਥੀ ਮਿਲੇ ਨੇ, ਮੈਂ ਕਿਹਾ ਇੱਕ ਗੱਲ ਮਨ ਬਣਾ ਕੇ ਚੱਲਿਓ ਕਿ ਜਿਹੜਾ SGPC ਦੀ ਇਲੈਕਸ਼ਨ ਲੜੇ ਉਹ ਕਦੇ ਕੋਈ ਪੋਲੀਟੀਕਲ ਅਹੁਦੇ ਵੱਲ ਝਾਕੂਗਾ ਨਹੀਂ, ਕਦੇ ਵੀ ਕੋਈ ਐਸੀ ਗੱਲ ਨਹੀਂ ਕਰੂਗਾ। ਉਹਨੂੰ ਐਫੀਡੇਵਿਟ ਦੇਣਾ ਪਊਗਾ ਕਿ ਮੈਂ ਕਦੇ ਵੀ ਕੋਈ ਪੋਲੀਟੀਕਲ ਅਹੁਦਾ ਨਹੀਂ ਲਊਂਗਾ, ਨਾ ਮੈਂ ਕੋਈ ਟਿਕਟ ਮੰਗੂਗਾ, ਨਾ ਮੈਂ ਕੋਈ ਚੇਅਰਮੈਨ ਬਣੂਗਾ, ਨਾ ਮੈਂ ਕੋਈ ਹੋਰ ਪੋਲੀਟੀਕਲ ਅਹੁਦਾ ਲਊਂਗਾ। ਅਤੇ ਨਿਰੋਲ ਧਾਰਮਿਕ ਹੋਣ, ਅਤੇ ਉਹ ਧਾਰਮਿਕ ਬੈਠ ਕੇ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ, ਜਿਸ ਤਰ੍ਹਾਂ ਦੀ ਆਪਾਂ ਰੋਜ਼ ਜਥੇਦਾਰ ਸਾਹਿਬ ਦੀ ਸੁਣਦੇ ਹਾਂ, ਅਤੇ ਇੱਕ ਐਸਾ ਕੋਈ ਵਿਧਾਨ ਬਣੇ ਜੋ ਪਹਿਲਾਂ ਹੁੰਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇੰਡੀਪੈਂਡੈਂਟ ਤੌਰ 'ਤੇ ਬਣੇ, ਉਹਦਾ ਹੋਏ। ਸੋ ਇਸ ਕਰਕੇ ਅਸੀਂ ਇਹਦੇ 'ਚ ਬਹੁਤ ਕੁਛ ਮਿਲੇਗਾ ਕਿਤਾਬ ਪੜ੍ਹਨ ਨੂੰ, ਅਤੇ ਮੈਂ ਬਹੁਤ ਕੁਛ ਨਾ ਕਹਿੰਦਾ ਹੋਇਆ, ਮੈਂ ਆਪਣੇ ਵੀਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਮੇਰੇ ਪਰਸਨਲ ਤਾਂ ਗੱਲਾਂ ਸਾਡੇ ਨਾਲ ਕਰਦੇ ਰਹੇ ਦੋਸਤ ਕਰਕੇ, ਕਿ ਮੈਂ ਇੰਨੀ ਨੌਕਰੀ ਛੱਡ ਕੇ ਆਇਆ ਸੀ। ਅਤੇ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਨੂੰ ਪਤਾ 1 ਕਰੋੜ ਰੁਪਈਆ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਉਹ 1 ਕਰੋੜ ਰੁਪਈਆ ਸਾਲ ਦਾ ਲੈਂਦਾ, ਅਤੇ ਉਹੀ ਚਾਰਟਰਡ ਅਕਾਊਂਟੈਂਟ ਸੁਖਬੀਰ ਦਾ, ਕੋਈ ਉਹਦੀਆਂ ਕੰਪਨੀਆਂ ਨੂੰ ਦੇਖਦਾ, ਅਤੇ ਕੀ ਇਹ ਵਾਜਬ ਹੈਗਾ। ਅਤੇ ਇਸ ਕਰਕੇ ਉਹ ਜਦੋਂ ਇਹ ਸਾਰੀਆਂ ਗੱਲਾਂ ਦੇਖਦੇ ਹਾਂ, ਉਹਦੇ ਮਨ ਤੋਂ ਦਰਦ ਜ਼ਰੂਰ ਹਰ ਸਿੱਖ ਦੇ ਆਉਂਦਾ, ਮੇਰੇ ਨਹੀਂ, ਹਰ ਸਿੱਖ ਦੇ ਮਨ 'ਚ ਦਰਦ ਜ਼ਰੂਰ ਆਉਂਦਾ। ਇਸ ਕਰਕੇ ਬਹੁਤ ਵਧਾਈ ਦੇਣਾ ਚਾਹੁੰਦਾ ਮੈਂ ਸਰਦਾਰ ਚਰਨ ਸਿੰਘ ਉਹਨਾਂ ਨੂੰ, ਵਾਹਿਗੁਰੂ ਕਰੇ ਇਹਨੂੰ ਹੋਰ ਸਮਰੱਥ ਬਖਸ਼ੇ ਕਿ ਹੋਰ ਵੀ ਜੋ ਕੁਛ ਰਹਿ ਗਈਆਂ ਗੱਲਾਂ ਫਿਰ ਕਿਤਾਬ ਲਿਖੇ, ਅਤੇ ਉਹ ਤਾਂ ਕਿ ਲੋਕਾਂ ਨੂੰ ਅੰਦਰ ਦੀ ਗੱਲ ਦਾ ਪਤਾ, ਅਸੀਂ ਤਾਂ ਹੁਣ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਅਤੇ ਸਾਨੂੰ ਅੰਦਰ ਦੀ ਗੱਲ ਦਾ ਪਤਾ ਨਹੀਂ, ਇਹਨਾਂ ਨੂੰ ਅੰਦਰ ਦੀ ਗੱਲ ਦਾ ਪਤਾ ਸੀ, ਉਹ ਲਿਖਿਆ।